ਇਥੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਉਦੋਕੇ ਦੇ ਦਰਬਾਰ ਬਾਬਾ ਜੰਡ ਪੀਰ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਸੱਭਿਆਚਾਰਕ ਜੋੜ ਮੇਲਾ ਸਮੂਹ ਨਗਰ ਨਿਵਾਸੀ ਅਤੇ ਪਿੰਡ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮੇਲੇ ਦੀ ਸ਼ੁਰੂਆਤ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਪੀਰ ਦੀ ਮਜ਼ਾਰ 'ਤੇ ਚਾਦਰ ਚੜ੍ਹਾ ਕੇ ਕੀਤੀ ਗਈ। ਉਪਰੰਤ ਖੁੱਲ੍ਹੇ ਪੰਡਾਲ ਅਤੇ ਭੰਗੜਾ ਸਟਾਰ ਗਰੁੱਪ ਪੰਜਾਬੀ ਜੀਤਾ ਜੈਲਦਾਰ ਸੱਭਿਆਚਾਰਕ ਗਰੁੱਪ ਨੇ ਆਪਣੀ ਕਲਾ ਦੇ ਚੰਗੇ ਜੌਹਰ ਵਿਖਾਏ। ਇਸ ਮੌਕੇ ਗਰੁੱਪ ਵੱਲੋਂ ਰੋਟੀ ਗੀਤ ਰਾਹੀਂ ਕੀਤੀ ਕੋਰੀਓਗ੍ਰਾਫੀ ਨੇ ਮੇਲੇ ਵਿੱਚ ਆਈਆਂ ਸੰਗਤਾਂ ਨੂੰ ਝੂਮਣ ਲਾ ਦਿੱਤਾ। ਫਿਰ ਵਾਰੀ ਆਈ ਪ੍ਰਸਿੱਧ ਦੁਗਾਣਾ ਗਾਇਕ ਜੋੜੀ ਬਿੱਟੂ ਖੰਨੇਵਾਲਾ ਅਤੇ ਬੀਬੀ ਸੁਰਮਣੀ ਨੇ ਮੰਚ 'ਤੇ ਆਉਂਦਿਆਂ ਹੀ ਧਾਰਮਿਕ ਗੀਤ ਨਾਲ ਆਪਣੀ ਸ਼ੁਰੂਆਤ ਕੀਤੀ। ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਪੰਚਾਇਤ ਅਤੇ ਸਮੂਹ ਅਹੁਦੇਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੀਰ ਦਾ ਲੰਗਰ ਅਤੁੱਟ ਵਰਤਾਇਆ ਗਿਆ। ਦੇਰ ਰਾਤ ਚੱਲਿਆ ਇਹ ਸੱਭਿਆਚਾਰਕ ਮੇਲਾ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਬਿਊਰੋ ਰਿਪੋਰਟ, ਦਲਵੀਰ ਉਦੋਕੇ, LBS ਨਿਊਜ਼, ਤਰਨ ਤਾਰਨ। ਮੇਰੇ ਨਾਲ ਮੈਂ ਤਾਂ ਪਾਣੀ ਛੱਡ ਕੇ ਆਏ।
ਉਤੋਂ ਨੀ ਪਾਗੇ ਸੰਗਦੀ ਫੁੱਲ ਜੱਪ ਕੇ ਤੇ ਨੱਕ ਨੂੰ ਮਰੋੜ ਕੇ ਨੀ ਉਤੋਂ ਨੀ ਪਾਗੇ ਸੰਗਦੀ ਜਾਨ ਮੁੰਡਿਆਂ ਦੀ ਪਾ ਜਾਂਦੀ ਸੁੱਕਣੇ ਨੀ ਜਿੱਦਰੋਂ ਦੀ ਤੂੰ ਲੱਗਦੀ ਜਾਨ ਮੁੰਡਿਆਂ ਦੀ ਪਾ ਜਾਂਦੀ ਸੁੱਕਣੇ ਨੀ ਜਿੱਦਰੋਂ ਦੀ ਤੂੰ ਲੱਗਦੀ ਖੜੇ ਰਾਹਾਂ ਵਿੱਚ ਜਾਂਦੇ ਨੇ ਉਹ ਸੁੱਕਣੀ ਨਾ ਹੀ ਪਾਣੀ ਦੀ ਪਿਆਸ ਨਾ ਹੀ ਭੁੱਖਣੀ ਖੜੇ ਰਾਹਾਂ ਵਿੱਚ ਜਾਂਦੇ ਨੇ ਉਹ ਸੁੱਕਣੀ ਨਾ ਹੀ ਪਾਣੀ ਦੀ ਪਿਆਸ ਨਾ ਹੀ ਭੁੱਖਣੀ ਨੀ ਗਰਮੀ ਨਾ ਪਾਲਾ ਲੱਗਦਾ ਝਾਂਜਰਾਂ ਗੁਲਾਲੀ ਲੈਣੀ ਸੁਰਮਾ ਕੁਆਰੀਆਂ ਨੂੰ ਨਹੀਂ ਬੱਬਦਾ झांजरा गुलाली लैनी सुरमा कुआरियां नूं नहीं बबदा आए मेरी झांजरा गुलाली लैनी सुरमा कुआरियां नूं नहीं बबदा
ਸਦਾ ਚ ਹੋਵੇ ਰਾਜ਼ੀ ਮਿੱਤਰੋ ਜਿਹੜੀ ਜਿੱਤ ਜੇ ਮੈਂ ਹਾਰ ਜਾਵਾਂ ਬਾਜੀ ਮਿੱਤਰੋ ਵੀ ਸਦਾ ਰੱਬ ਦੀ ਰਜ਼ਾ ਚ ਹੋਵੇ ਰਾਜ਼ੀ ਮਿੱਤਰੋ ਜਿਹਦੀ ਰੂਹ ਮੇਰੀ ਰੂਹ ਦੀ ਬਣੀ ਹਣੀ ਹੋਊਗੀ ਰੂਹ ਮੇਰੀ ਰੂਹ ਦੀ ਬਣੀ ਹਣੀ ਹੋਊਗੀ ਉਹੀ ਕੁੜੀ ਉਹੀ ਉਹੀ ਮੇਰੇ ਸੁਪਨਿਆਂ ਦੀ ਰਾਣੀ ਹੋਊਗੀ ਉਹੀ ਮੇਰੇ ਸੁਪਨਿਆਂ ਦੀ ਰਾਣੀ ਹੋਊਗੀ ਉਹੀ ਮੇਰੇ ਸੁਪਨਿਆਂ ਦੀ ਰਾਣੀ ਹੋਊਗੀ सोना भाई जी राजा भाई जी जकारा चंद वाले जी का बोल सच्चे दरबार की जय ए बबी भाई साइड ते हो जो साइड ते हरपाल साइड ते हो गए पास रोपे साइड ते हो गए साइड ते हो गए पा यार और ये आज का तुसी प्रोग्राम एलबीएस न्यूज़ ते देखोगे कुछ ही दरबार सो एलबीएस न्यूज़ वाले दरबार में प्रभात करते हैं थैंक यू धन धन बाबा जंड पीर जी के सालाना मेले के संबंध में अज नगर माड़ी उद्योग बाबा जी की याद में समर्पित अटुट लंगर के भंडारे चलते रहे और इस संबंध में कुछ चोटी के कलाकार नामवर कलाकार ने बाबा जी का गुणगान करके लोगों को प्रसन्न किया देश विदेश दख लख बधाई दी संगत लख लख बधाई देने